ਕੁੱਤੇ ਤੁਹਾਡਾ ਨਾਮ ਕੀ ਹੈ? ਅੱਛਾ ਅੱਛਾ, ਤੇ ਤੁਸੀਂ ਇਹ ਬਿਲੋਂਗ ਕਿੱਥੋਂ ਕਰਦੇ ਹੋ? ਤੇਰਾ ਮੂਸਾ ਮਾਨ ਸਾਰਾ ਏਰੀਆ ਤੇਰਾ ਮੂਸਾ। ਅੱਛਾ, ਤੇ ਤੁਹਾਡੇ ਸ਼ੌਂਕ ਕੀ ਨੇ? ਸ਼ੌਂਕ ਡੇਂਜਰ ਤੇ ਜਾਨ ਲੈਵਾ ਕੰਮ ਤੁਸੀਂ ਪੁੱਠੀ ਕਰਦੇ ਹੋ। ਅੱਛਾ, ਮੈਨੂੰ ਲੱਗਾ ਤੁਹਾਡੇ ਜਿਸ ਹਿਸਾਬ ਤੁਹਾਡੇ ਕੰਮ ਨੇ ਉਸ ਹਿਸਾਬ ਨਾਲ ਤੁਹਾਡਾ ਫਰੈਂਡ ਸਰਕਲ ਵੀ ਬਹੁਤ ਖਰਾਬ ਹੋਣਾ। ਤੁਹਾਡਾ ਫਰੈਂਡ ਸਰਕਲ ਕਿੱਦਾਂ ਦਾ ਇਹ ਦੱਸੋ ਮੈਨੂੰ ਤੁਸੀਂ। ਨਾਲ ਮੇਰੀ ਯਾਰੀ ਅੱਲੜੇ ਆ, ਮਾਰੂ ਹਥਿਆਰ ਦੇ ਸ਼ਿਕਾਰੀ ਅੱਲੜੇ, ਧਰਤੀ ਤੇ ਸੁੱਟਦੇ ਨੇ ਪਹਾੜ ਦੀ। ਮੈਨੂੰ ਤਾਂ ਬਈ ਖਤਰਾ ਜਿਹਾ ਹੀ ਮਹਿਸੂਸ ਹੁੰਦਾ ਤੇਰੇ ਨਾਲ, ਤੇ ਤੇਰੇ ਨਾਲ ਬਾਕੀ ਲੋਕ ਕਿਸ ਤਰ੍ਹਾਂ ਦਾ ਫੀਲ ਕਰਦੇ ਨੇ ਇਹ ਦੱਸ ਮੈਨੂੰ, ਤੂੰ ਦੱਸ। ਮਹੀਨੇ ਵਿੱਚ ਚਾਰ ਚਾਰ ਗੀਤ ਸਿੱਟਦਾ, ਕਰਦੇ ਸਟਾਰ ਬੈਂਡ। ਅੱਛਾ, ਚੱਲ ਚੱਲ, ਮੈਨੂੰ ਹੁਣ ਇਹ ਦੱਸ ਵੀ ਬੰਦੇ ਦੇ ਵਿੱਚ ਐਟੀਟਿਊਡ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੇਰੇ ਹਿਸਾਬ ਦੇ ਨਾਲ, ਦੱਸੋ। ਬੋਲਦੇ ਕਿਉਂ ਨਹੀਂ? ਐਟੀਟਿਊਡ ਟੱਚ ਅੰਬਰਾਂ ਨੂੰ ਕਰਦਾ, ਹੈਡ ਆਪੀ ਗੋਡਾਊਨ ਵਿੱਚ ਖੜੀ। ਉਹ ਕੋਈ ਤਾਂ ਸਹੀ ਜਵਾਬ ਦੇ ਦੇ, ਕੋਈ ਤਾਂ ਸਹੀ ਜਵਾਬ ਦੇ ਦੇ। ਇਹ ਤੇਰੇ ਤਾਂ ਘਰ ਦੇ ਤੈਨੂੰ ਇਹ ਸਿਖਾਇਆ, ਇਸ ਤਰ੍ਹਾਂ ਦਾ ਪਰਵਰਿਸ਼ ਹੋਈ ਹੈ ਤੇਰੀ? ਹੈਂ, ਮੇਰਾ ਰੱਬ ਜੀ ਦੀ ਕੁੱਖੋਂ ਹੋਇਆ ਪੈਦਾ, ਉਹਨੇ ਜ਼ਿੰਦਗੀ ਜਿਉਣ ਦਾ ਸਿਖਾਇਆ ਇੱਕੋ ਕਾਇਦਾ, ਜਿੱਥੇ ਤੇਰੀ ਪੁੱਤਰਾ ਜ਼ਮੀਰ ਮੁੱਕ ਗਈ ਆ, ਉਹ ਮਰ ਜਾਵੀਂ ਉੱਥੇ। ਕੀ ਬੋਲੀ ਯਾਰ, ਨਾ ਕਿਤੇ ਮੇਰਾ ਜਿਹੜਾ ਪੱਗ ਥੱਲੇ ਲੱਥੀ ਜਾਂਦੀ ਅੱਜ ਤੋਂ, ਬੋਲੀ ਕੀ ਜਾਂਦਾ? ਇਸ ਤਰ੍ਹਾਂ ਮੈਨੂੰ ਰਾਜ਼ੀ ਕਰਨਾ ਬੜਾ ਔਖਾ, ਇਸ ਤਰ੍ਹਾਂ ਨਹੀਂ ਮੈਂ ਤੈਨੂੰ ਜਵਾਬ ਦੇਣ ਲੱਗਿਆ ਹੈਗਾ, ਸਿੱਧੀ ਜੀ ਗੱਲ ਹੈ। ਤੂੰ ਰਾਜ਼ੀ ਆ ਜਾ ਨਹੀਂ, ਇਹ ਮੈਂ ਨਹੀਂ ਪੁੱਛਣਾ, ਜੱਟਾਂ ਵਾਲੀ ਗੱਲ ਸਿੱਧਾ ਧੱਕਾ। ਉਹ ਮੈਨੂੰ ਤੇਰੀ ਗੱਲਾਂ ਤੋਂ ਇਸ ਤਰ੍ਹਾਂ ਲੱਗ ਰਿਹਾ ਕਿ ਜਦ ਤੱਕ ਪਤਾ ਨਹੀਂ ਕਿੰਨੇ ਘਰੋਂ ਲੱਗੇ ਹੋਣਗੇ। ਮੈਂ ਦੱਸ ਤੂੰ, ਮੈਨੂੰ ਵੀ ਲੱਗੇ ਹੋਣਗੇ ਰੋਕਦੇ ਬਹੁਤ ਜ਼ਿਆਦਾ, ਬੋਲ ਹੁਣ, ਬੋਲਦਾ ਕਿਉਂ ਨਹੀਂ? ਬੱਲੀਏ ਆ ਲੁੱਟਦਾ ਹੱਥ ਲਈਏ ਆ ਰੋਪ, ਬੱਲੀਏ ਆ 15 ਦਿਨਾਂ ਚ ਨੌ ਨੌ ਗੀਤ ਆਉਂਦੇ ਨੇ, ਆਓ ਯਾਰ ਤੇਰਾ ਗੀਤਾਂ ਵਾਲੀ ਤੋਪ, ਬੱਲੀਏ ਦੇਖੀ ਸਿੱਧੂ ਮੂਸੇ ਵਾਲਾ ਕੱਡੂਆ। ਉਹ ਤੋਂ ਮੇਰੇ ਪੈਰ ਤੋਂ ਜੁੱਤੀ ਨਾ ਕਢਾ ਲਈ ਕਿਤੇ। ਹਾਂ ਦੱਸ ਤੈਨੂੰ ਮੈਂ, ਤੇਰੀ ਹੇਡ ਨਾਲ ਦੇਖੀ ਸਹੀ ਵੀਜ਼ਨ ਨਹੀਂ ਹੁੰਦੀ,